ਓਮ ਸ਼ਾਂਤੀ। ਅੱਜ 17/1/2024 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ ਬਾਪ ਨੂੰ ਪਿਆਰ ਨਾਲ ਯਾਦ ਕਰਦੇ ਰਹੋ, ਸ਼੍ਰੀਮਤ 'ਤੇ ਸਦਾ ਚੱਲੋ, ਪੜ੍ਹਾਈ 'ਤੇ ਪੂਰਾ ਅਟੈਂਸ਼ਨ ਦਿਵੋ ਤਾਂ ਤੁਹਾਨੂੰ ਸਭ ਰਿਗਾਰਡ ਦੇਣਗੇ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਅਤਿ ਇੰਦਰੀਅ ਸੁੱਖ ਦਾ ਅਨੁਭਵ ਕਿਹੜੇ ਬੱਚਿਆਂ ਨੂੰ ਹੋ ਸਕਦਾ ਹੈ? ਅੱਜ ਬਾਬਾ ਦਾ ਉੱਤਰ ਹੈ, ਜੋ ਦੇਹੀ ਅਭਿਮਾਨੀ ਹੈ। ਇਸ ਦੇ ਲਈ ਜਦੋਂ ਕਿਸੇ ਨਾਲ ਗੱਲ ਕਰਦੇ ਹੋ ਜਾਂ ਸਮਝਾਉਂਦੇ ਹੋ ਤਾਂ ਸਮਝੋ, ਮੈਂ ਆਤਮਾ ਭਾਈ ਇਸ ਨਾਲ ਗੱਲ ਕਰਦਾ ਹਾਂ। ਭਾਈ ਭਾਈ ਦੀ ਦ੍ਰਿਸ਼ਟੀ ਪੱਕੀ ਕਰਨ ਨਾਲ ਦੇਹੀ ਅਭਿਮਾਨੀ ਬਣਦੇ ਜਾਓਗੇ। ਨੰਬਰ 2, ਜਿਨ੍ਹਾਂ ਨੂੰ ਨਸ਼ਾ ਹੈ ਕਿ ਅਸੀਂ ਭਗਵਾਨ ਦੇ ਸਟੂਡੈਂਟ ਹਾਂ, ਉਹਨਾਂ ਨੂੰ ਹੀ ਅਤਿ ਇੰਦਰੀਅ ਸੁੱਖ ਦਾ ਅਨੁਭਵ ਹੋਵੇਗਾ। ਗੀਤ ਹੈ, ਕੌਣ ਆਇਆ ਮੇਰੇ ਮਨ ਦੇ ਦੁਆਰੇ ਅੱਜ ਸਵੇਰੇ ਸਵੇਰੇ। ਓਮ ਸ਼ਾਂਤੀ। ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹੈ। ਦੂਜੀ ਕੋਈ ਸੰਸਥਾ ਵਿੱਚ ਇਸ ਤਰ੍ਹਾਂ ਨਹੀਂ ਕਹਿੰਦੇ ਕਿ ਬਾਪ ਬੱਚਿਆਂ ਨੂੰ ਸਮਝਾਉਂਦੇ ਹੈ। ਬੱਚੇ ਜਾਣਦੇ ਹੈ ਬਰੋਬਰ ਸਭ, ਬੱਚਿਆਂ ਦਾ ਬਾਪ ਇੱਕ ਹੀ ਹੈ, ਸਭ ਭਾਈ ਭਾਈ ਹੈ। ਉਸ ਬਾਪ ਤੋਂ ਜ਼ਰੂਰ ਬੱਚਿਆਂ ਨੂੰ ਵਿਰਸਾ ਮਿਲਦਾ ਹੈ। ਚੱਕਰ ਦੇ ਵੀ ਤੁਸੀਂ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਇਹ ਹੈ ਸੰਗਮ, ਜਦੋਂ ਕਿ ਮੁਕਤੀ ਅਤੇ ਜੀਵਨ ਮੁਕਤੀ ਮਿਲਦੀ ਹੈ। ਤੁਸੀਂ ਬੱਚੇ ਜੀਵਨ ਮੁਕਤੀ ਵਿੱਚ ਜਾਓਗੇ ਤਾਂ ਬਾਕੀ ਸਭ ਮੁਕਤੀ ਵਿੱਚ ਜਾਣਗੇ। ਸਦਗਤੀ ਦਾਤਾ, ਲਿਬਰੇਟਰ, ਗਾਈਡ ਉਸ ਨੂੰ ਕਿਹਾ ਜਾਂਦਾ ਹੈ। ਰਾਵਣ ਰਾਜ ਵਿੱਚ ਕਿੰਨੇ ਢੇਰ ਮਨੁੱਖ ਹੈ, ਰਾਮ ਰਾਜ ਵਿੱਚ ਇੱਕ ਹੀ ਆਦਿ ਸਨਾਤਨ ਦੇਵੀ ਦੇਵਤਾ ਧਰਮ ਸੀ। ਉਹਨਾਂ ਨੂੰ ਆਰਿਆ ਅਤੇ ਅਨ ਆਰਿਆ ਕਹਿੰਦੇ ਹੈ। ਆਰਿਆ ਸੁਧਰੇ ਹੋਏ ਅਤੇ ਅਨ ਆਰਿਆ ਨਾ ਸੁਧਰੇ ਹੋਏ ਨੂੰ ਕਿਹਾ ਜਾਂਦਾ ਹੈ। ਇਸ ਦਾ ਅਰਥ ਕੋਈ ਨਹੀਂ ਜਾਣਦਾ ਕਿ ਸੁਧਰੇ ਹੋਏ ਤੋਂ ਅਨ ਸੁਧਰੇ ਕਿਵੇਂ ਬਣੇ। ਆਰਿਆ ਕੋਈ ਧਰਮ ਨਹੀਂ ਸੀ, ਸੁਧਰੇ ਹੋਏ ਇਹ ਦੇਵਤਾ ਸੀ। ਫਿਰ 84 ਜਨਮ ਦੇ ਬਾਅਦ ਅਨ ਸੁਧਰੇ ਬਣਦੇ ਹੈ, ਤਾਂ ਜੋ ਉੱਚੇ ਤੇ ਉੱਚਾ ਪੂਜਿਆ ਹੈ ਉਹੀ ਪੁਜਾਰੀ ਬਣ ਗਏ। ਹਮ ਸੋ ਦਾ ਅਰਥ ਵੀ ਬਾਪ ਹੀ ਸਮਝਾਉਂਦੇ ਹੈ। ਸੀੜੀ ਤੇ ਪੌੜੀ ਦੇ ਸਮਝਾਉਣਾ ਬੜਾ ਚੰਗਾ ਹੈ। ਇਵੇਂ ਨਹੀਂ, ਆਤਮਾ ਸੋ ਪਰਮਾਤਮਾ, ਪਰਮਾਤਮਾ ਸੋ ਆਤਮਾ, ਨਹੀਂ। ਇਹ ਤਾਂ ਵਿਰਾਟ ਨਾਟਕ ਹੈ। ਤੁਸੀਂ ਜਾਣਦੇ ਹੋ, 80 ਸੋ ਪੂਜਿਆ ਸੀ ਫਿਰ ਪੁਜਾਰੀ ਬਣੇ, ਮਤਲਬ 80 ਸੋ ਦੇਵਤਾ ਸੋ ਖੱਤਰੀ ਬਣਦੇ ਹਾਂ। ਪੌੜੀ ਤਾਂ ਜ਼ਰੂਰ ਉਤਰਾਂਗੇ ਨਾ, ਇਹ ਵੀ ਹਿਸਾਬ ਹੈ। 84 ਜਨਮ ਕੌਣ ਲੈਂਦਾ ਹੈ? ਬਾਪ ਕਹਿੰਦੇ ਹੈ, ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ, ਮੈਂ ਤੁਹਾਨੂੰ ਦੱਸਦਾ ਹਾਂ। ਇੱਕ ਚੱਕਰ ਹੈ, ਉਸ ਵਿੱਚ ਅਸੀਂ ਹੀ ਸੋ ਦੇਵਤਾ, ਖੱਤਰੀ ਆਦਿ ਬਣਦੇ ਹਾਂ। 21 ਜਨਮ ਤਾਂ ਨਾਮੀ ਗ੍ਰਾਮੀ ਹੈ। ਮਨੁੱਖ ਤਾਂ ਇਹਨਾਂ ਗੱਲਾਂ ਨੂੰ ਨਹੀਂ ਜਾਣਦੇ, ਤਮੋ ਪ੍ਰਧਾਨ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਹੀ ਸਾਰੀ ਨੌਲੇਜ ਮਿਲਦੀ ਹੈ, ਪਰੰਤੂ ਸਮਝਦੇ ਕੋਈ ਮੁਸ਼ਕਿਲ ਹੈ ਤਾਂ ਕਹਿੰਦੇ ਹੈ, ਕਰੋੜਾਂ ਵਿੱਚੋਂ ਕੋਈ ਹੀ ਆ ਕੇ ਗਿਆਨ ਲੈਣਗੇ ਅਤੇ ਦੇਵਤਾ ਧਰਮ ਵਾਲੇ ਬਣਨਗੇ। ਇਸ ਵਿੱਚ ਹੈਰਾਨ ਨਹੀਂ ਹੋਣਾ ਚਾਹੀਦਾ, ਚੱਕਰ ਤੇ ਸਮਝਾਉਣਾ ਔਖਾ ਹੈ। ਇਹ ਸਤਯੁਗ, ਇਹ ਕਲਯੁਗ, ਕਿਉਂਕਿ ਸਤਯੁਗ ਵਿੱਚ ਹੁੰਦੇ ਹੀ ਬਹੁਤ ਥੋੜ੍ਹੇ ਹੈ। ਝਾੜ ਛੋਟਾ ਹੁੰਦਾ ਹੈ ਫਿਰ ਵੱਧਦਾ ਰਹਿੰਦਾ ਹੈ। ਇਸ ਝਾੜ ਦਾ ਕਿਸੇ ਨੂੰ ਪਤਾ ਨਹੀਂ ਹੈ, ਅਤੇ ਬ੍ਰਹਮਾ ਦੀ ਗੱਲ ਵੀ ਮੁਸ਼ਕਿਲ ਸਮਝਦੇ ਹੈ। ਬੋਲੋ, ਬ੍ਰਹਮਾ ਮੁੱਖ ਵੰਸ਼ਾਵਲੀ ਬ੍ਰਾਹਮਣ ਜ਼ਰੂਰ ਚਾਹੀਦੇ ਹੈ। ਇਹ ਅਡਾਪਟਡ ਬੱਚੇ ਹੈ, ਉਹ ਬ੍ਰਾਹਮਣ ਹੈ ਕੁੱਖ ਵੰਸ਼ਾਵਲੀ, ਇਹ ਬ੍ਰਾਹਮਣ ਹੈ ਮੁੱਖ ਵੰਸ਼ਾਵਲੀ, ਇਹ ਹੈ ਪਰਾਇਆ ਰਾਵਣ ਰਾਜ। ਬਾਪ ਨੇ ਆ ਕੇ ਰਾਮ ਰਾਜ ਸਥਾਪਨ ਕਰਨਾ ਹੁੰਦਾ ਹੈ ਤਾਂ ਕਿਸੇ ਵਿੱਚ ਤਾਂ ਪ੍ਰਵੇਸ਼ ਕਰਨਗੇ ਨਾ।
ਦੇਖੋ ਇਹ ਝਾੜ 'ਤੇ ਇੱਕਦਮ ਪਛਾੜੀ ਵਿੱਚ ਖੜਾ ਹੈ। ਇਹਨਾਂ ਦੀ ਜੜ ਜੜੀ ਭੂਤ ਅਵਸਥਾ ਹੈ। ਬਾਪ ਕਹਿੰਦੇ ਹੈ ਮੈਂ ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿੱਚ ਪ੍ਰਵੇਸ਼ ਕਰਦਾ ਹਾਂ। ਇਹ ਅੰਤਿਮ 84ਵਾਂ ਜਨਮ ਹੈ। ਤਪ ਕਰ ਰਹੇ ਹੈ। ਅਸੀਂ ਇਹਨਾਂ ਨੂੰ ਭਗਵਾਨ ਨਹੀਂ ਕਹਿੰਦੇ ਹਾਂ। ਦੁਨੀਆ ਵਾਲਿਆਂ ਨੇ ਤਾਂ ਭਗਵਾਨ ਨੂੰ ਸਰਵਿਆਪੀ ਕਹਿ ਠਿੱਕਰ ਪਿੱਤਰ ਵਿੱਚ ਕਹਿ ਦਿੱਤਾ ਹੈ। ਇਸ ਲਈ ਖੁਦ ਵੀ ਪੂਰੇ ਠਿੱਕਰ ਬਣ ਗਏ ਹੈ। ਦੇਵਤਾ ਦੀ ਗੱਲ ਹੀ ਨਿਆਰੀ ਹੈ। ਹੁਣ ਤੁਸੀਂ ਪੜ੍ਹ ਕੇ ਇਹ ਪਦਵੀ ਪ੍ਰਾਪਤ ਕਰਦੇ ਹੋ। ਕਿੰਨੀ ਉੱਚੀ ਪੜ੍ਹਾਈ ਹੈ। ਇਹਨਾਂ ਦੇਵਤਾ ਨੂੰ ਭਗਵਾਨ ਭਗਵਤੀ ਵੀ ਕਹਿੰਦੇ ਹੈ ਕਿਉਂਕਿ ਪਵਿੱਤਰ ਹੈ ਅਤੇ ਖੁਦ ਭਗਵਾਨ ਦੁਆਰਾ ਹੀ ਇਸ ਧਰਮ ਦੀ ਸਥਾਪਨਾ ਹੋਈ ਹੈ। ਤਾਂ ਜ਼ਰੂਰ ਭਗਵਾਨ ਭਗਵਤੀ ਹੋਣੇ ਚਾਹੀਦੇ ਹੈ, ਪਰੰਤੂ ਉਹਨਾਂ ਨੂੰ ਕਿਹਾ ਜਾਂਦਾ ਹੈ ਮਹਾਰਾਣੀ ਮਹਾਰਾਜਾ। ਬਾਕੀ ਸ਼੍ਰੀ ਲਕਸ਼ਮੀ ਨਾਰਾਇਣ ਨੂੰ ਭਗਵਤੀ ਭਗਵਾਨ ਕਹਿਣਾ ਵੀ ਅੰਧ ਸ਼ਰਧਾ ਹੈ, ਕਿਉਂਕਿ ਭਗਵਾਨ ਤਾਂ ਇੱਕ ਹੀ ਹੈ ਨਾ। ਤੁਸੀਂ ਸ਼ਿਵ ਅਤੇ ਸ਼ੰਕਰ ਨੂੰ ਵੀ ਵੱਖ ਕਰਕੇ ਦੱਸਦੇ ਹੋ। ਇਸ 'ਤੇ ਉਹ ਲੋਕ ਕਹਿੰਦੇ ਹੈ ਇਹ ਦੇਵਤਾ ਨੂੰ ਵੀ ਉਡਾ ਦਿੰਦੇ ਹੈ। ਤੁਹਾਡੀ ਬੁੱਧੀ ਵਿੱਚ ਤਾਂ ਸਾਰਾ ਚੱਕਰ ਹੈ, ਪਰ ਜਿਹੜੇ ਮਹਾਰਥੀ ਹੈ ਉਹ ਚੰਗੀ ਤਰ੍ਹਾਂ ਸਮਝਾ ਸਕਦੇ ਹੈ। ਬਹੁਤ ਹੈ ਜੋ ਭਾਵੇਂ ਸੁਣਦੇ ਹੈ ਪਰ ਬੁੱਧੀ ਵਿੱਚ ਟਿਕਦਾ ਨਹੀਂ, ਤਾਂ ਉਹ ਕੀ ਬਣਨਗੇ? ਪਾਈ ਪੈਸੇ ਦੇ ਦਾਸ ਦਾਸੀਆਂ ਬਣਨਗੇ। ਅੱਗੇ ਚੱਲ ਕੇ ਤੁਹਾਨੂੰ ਸਾਕਸ਼ਤਕਾਰ ਹੋਣਗੇ, ਪਰ ਉਸ ਵੇਲੇ ਕੁਛ ਕਰ ਨਹੀਂ ਸਕਦੇ। ਟਾਈਮ ਖਤਮ ਹੋ ਗਿਆ ਤਾਂ ਫਿਰ ਕੀ ਕਰ ਸਕਣਗੇ? ਇਸ ਲਈ ਬਾਬਾ ਸਾਵਧਾਨ ਕਰਦੇ ਰਹਿੰਦੇ ਹੈ। ਪਰ ਜੇਕਰ ਸਾਰੇ ਉੱਚੇ ਚਲੇ ਜਾਣ, ਇਹ ਤਾਂ ਹੋ ਨਹੀਂ ਸਕਦਾ। ਭਾਂਡਾ ਸਾਫ਼ ਨਹੀਂ ਹੈ, ਬੁੱਧੀ ਵਿੱਚ ਚਿੱਕੜ ਪੱਟੀ ਭਰੀ ਹੋਈ ਹੈ। ਇਸ ਵਿੱਚ ਪੁਰਸ਼ਾਰਥ ਬਹੁਤ ਹੋਣਾ ਚਾਹੀਦਾ ਹੈ। ਚਿੱਤਰਾਂ ਉੱਤੇ ਸਮਝਾਉਣ ਦੀ ਬੜੀ ਪ੍ਰੈਕਟਿਸ ਚਾਹੀਦੀ ਹੈ, ਨਹੀਂ ਤਾਂ ਪਿੱਛੋਂ ਪਛਤਾਉਣਾ ਪਵੇਗਾ। ਇਹ ਆਤਮਾ ਨੂੰ ਭੋਜਨ ਮਿਲ ਰਿਹਾ ਹੈ। ਇਹ ਤਾਂ ਸਭ ਨੂੰ ਸਮਝਾਉਣ ਦੀਆਂ ਗੱਲਾਂ ਹੈ, ਡਰ ਦੀ ਕੋਈ ਗੱਲ ਨਹੀਂ। ਵੱਡੇ ਵੱਡੇ ਸਥਾਨਾਂ 'ਤੇ ਪ੍ਰਦਰਸ਼ਨੀ ਮਿਊਜ਼ੀਅਮ ਹੋਣ ਨਾਲ ਨਾਮ ਹੁੰਦਾ ਹੈ। ਬਾਬਾ ਨੇ ਕਿਹਾ ਸੀ ਸਭ ਕੋਲੋਂ ਓਪੀਨੀਅਨ ਮਾਨਾ ਸਲਾਹ ਲਵੋ, ਉਹ ਵੀ ਛਪਾਉਣੀ ਚਾਹੀਦੀ ਹੈ। ਬੱਚਿਆਂ ਨੇ ਬੜੀ ਸਰਵਿਸ ਕਰਨੀ ਹੈ, ਇਸ ਵਿੱਚ ਪਰਖ ਦੀ ਬੜੀ ਕਰਨੀ ਹੈ, ਸਮਝਣ ਵਾਲੇ ਹੈ ਜਾਂ ਨਹੀਂ। ਇਹ ਹੈ ਨਵੀਂ ਦੁਨੀਆ, ਇਹ ਹੈ ਪੁਰਾਣੀ ਦੁਨੀਆ। ਇਹ ਤਾਂ ਕੋਈ ਵੀ ਸਮਝ ਸਕਦੇ ਹੈ, ਸਿਰਫ ਸਮਾਂ ਵਾਧਾ ਦਿੱਤਾ ਹੈ। ਇਸ ਲਈ ਮਨੁੱਖ ਮੂੰਝ ਗਏ ਹੈ। ਪਹਿਲੇ ਪਹਿਲੇ ਬਾਪ ਦਾ ਪਰਿਚੈ ਦੇਣਾ ਹੈ ਜੋ ਦੇਹੀ ਅਭਿਮਾਨੀ ਹੋ ਕੇ ਰਹਿੰਦੇ ਹੈ ਅਤੇ ਇੰਦਰੀ ਸੁੱਖ ਉਹਨਾਂ ਨੂੰ ਹੀ ਰਹਿ ਸਕਦਾ ਹੈ। ਸਿਰ ਭਾਸ਼ਣ ਨਾਲ ਕੰਮ ਨਹੀਂ ਹੋਵੇਗਾ। ਜਦੋਂ ਭਾਸ਼ਣ ਕਰਦੇ ਹੋ ਤਾਂ ਵੀ ਸਮਝਾਉਣਾ ਹੈ। ਮੈਂ ਆਤਮਾ ਭਾਈ ਭਾਈ ਨੂੰ ਸਮਝਾਉਂਦਾ ਹਾਂ, ਆਤਮ ਅਭਿਮਾਨੀ ਬਣਨਾ, ਇਸ ਵਿੱਚ ਬੜੀ ਮਿਹਨਤ ਚਾਹੀਦੀ ਹੈ, ਪਰੰਤੂ ਬੱਚੇ ਘੜੀ ਘੜੀ ਭੁੱਲ ਜਾਂਦੇ ਹੈ। ਬਾਪ ਹੀ ਆ ਕੇ ਬੱਚਿਆਂ ਨੂੰ ਸਮਝਾਉਂਦੇ ਹੈ, ਗਾਇਨ ਵੀ ਹੈ। ਆਤਮਾ ਪਰਮਾਤਮਾ ਵੱਖ ਰਹੇ ਬਹੁਕਾਲ, ਇਸ ਦਾ ਅਰਥ ਵੀ ਤੁਸੀਂ ਹੀ ਜਾਣ ਸਕਦੇ ਹੋ। ਜੋ ਮਹਾਰਥੀ ਹੈ ਉਹਨਾਂ ਨੂੰ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨ ਦੀ ਬੜੀ ਪ੍ਰੈਕਟਿਸ ਕਰਨੀ ਹੈ, ਤਾਂ ਹੀ ਆਪਣੇ ਆਪ ਨੂੰ ਪਾਵਰਫੁੱਲ ਸਮਝਣਗੇ। ਜਿਹੜੇ ਆਪਣੇ ਨੂੰ ਆਤਮਾ ਹੀ ਨਹੀਂ ਸਮਝਦੇ ਉਹ ਕੀ ਧਾਰਨ ਕਰਨਗੇ? ਯਾਦ ਨਾਲ ਹੀ ਤੁਹਾਡੇ ਵਿੱਚ ਸ਼ਕਤੀ ਭਰੇਗੀ। ਗਿਆਨ ਨੂੰ ਬਲ ਨਹੀਂ ਕਿਹਾ ਜਾਂਦਾ ਹੈ, ਯੋਗ ਬਲ ਕਿਹਾ ਜਾਂਦਾ ਹੈ। ਯੋਗ ਬਲ ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਹੁਣ ਤੁਹਾਨੂੰ ਬਹੁਤਿਆਂ ਨੂੰ ਆਪਣੇ ਵਰਗਾ ਬਣਾਉਣਾ ਹੈ। ਜਦੋਂ ਤੱਕ ਬਹੁਤਿਆਂ ਨੂੰ ਆਪਣੇ ਵਰਗਾ ਨਹੀਂ ਬਣਾਉਂਦੇ, ਉਦੋਂ ਤੱਕ ਵਿਨਾਸ਼ ਨਹੀਂ ਹੋ ਸਕਦਾ।
ਭਾਵੇਂ ਵੱਡੀ ਲੜਾਈ ਲੱਗ ਜਾਵੇ ਪਰ ਫਿਰ ਬੰਦ ਹੋ ਜਾਂਦੀ ਹੈ। ਹੁਣ ਤਾਂ ਬਹੁਤਿਆਂ ਦੇ ਕੋਲ ਬੰਬ ਹੈ ਪਰ ਇਹ ਰੱਖਣਾ ਦੀ ਚੀਜ਼ ਨਹੀਂ ਹੈ, ਪਰੰਤੂ ਦੁਨੀਆ ਦਾ ਵਿਨਾਸ਼ ਅਤੇ ਇੱਕ ਆਦਿ ਸਨਾਤਨ ਧਰਮ ਦੀ ਸਥਾਪਨਾ ਜ਼ਰੂਰ ਹੋਣੀ ਹੈ। ਥੋੜ੍ਹੇ ਸਮੇਂ ਤੋਂ ਬਾਅਦ ਸਾਰੇ ਕਹਿਣਗੇ ਬਰੋਬਰ ਇਹ ਉਹੀ ਮਹਾਭਾਰੀ ਲੜਾਈ ਹੈ, ਭਗਵਾਨ ਵੀ ਹੈ ਜ਼ਰੂਰ। ਜਦੋਂ ਤੁਹਾਡੇ ਕੋਲ ਬਹੁਤ ਲੋਕ ਆਉਣਗੇ ਤਾਂ ਸਭ ਮੰਨਣ ਲੱਗ ਜਾਣਗੇ, ਕਹਿਣਗੇ ਇਹ ਤਾਂ ਵੱਧਦੇ ਰਹਿੰਦੇ ਹੈ, ਇਹਨਾਂ ਵਿੱਚ ਬਹੁਤ ਸ਼ਕਤੀ ਹੈ, ਤੁਸੀਂ ਜਿੰਨਾ ਯਾਦ ਵਿੱਚ ਰਹੋਗੇ ਉਨੀ ਹੀ ਤੁਹਾਡੇ ਵਿੱਚ ਤਾਕਤ ਭਰੇਗੀ। ਬਾਪ ਦੀ ਯਾਦ ਨਾਲ ਤੁਸੀਂ ਬਾਕੀਆਂ ਨੂੰ ਲਾਈਟ ਦਿੰਦੇ ਹੈ, ਇਹ ਦਾਦਾ ਬ੍ਰਹਮਾ ਵੀ ਕਹਿੰਦੇ ਹੈ। ਮੇਰੇ ਤੋਂ ਵੀ ਇਹ ਬੱਚੇ ਬੜੀ ਵਧੀਆ ਸਰਵਿਸ ਕਰਦੇ ਹੈ। ਅਜੇ ਥੋੜ੍ਹੀ ਦੇਰ ਹੈ, ਯੋਗ ਵਿੱਚ ਚੰਗੀ ਤਰ੍ਹਾਂ ਕੋਈ ਰਹਿ ਨਹੀਂ ਸਕਦਾ, ਖੁਦ ਹੀ ਵੀ ਫੀਲ ਕਰਦੇ ਹੈ। ਯੋਗ ਵਿੱਚ ਅਸੀਂ ਘੱਟ ਹਾਂ, ਇਸ ਲਈ ਬਰੋਬਰ ਤੀਰ ਨਹੀਂ ਲੱਗਦਾ। ਭਗਵਾਨ ਕੁਮਾਰੀਆਂ ਵਿੱਚ ਗਿਆਨ ਬਾਣ ਭਰਦੇ ਹੈ। ਤੁਸੀਂ ਪ੍ਰਜਾਪਿਤਾ ਬ੍ਰਹਮਾ ਕੁਮਾਰ ਕੁਮਾਰੀਆਂ ਹੋ ਨਾ, ਇਹ ਹੈ ਬ੍ਰਹਮਾ, ਤੁਸੀਂ ਅਡਾਪਟਡ ਬੱਚੇ ਹੈ। ਕ੍ਰੀਏਟਰ ਤਾਂ ਇੱਕ ਹੀ ਹੈ, ਬਾਕੀ ਸਭ ਪੜ ਰਹੇ ਹੈ, ਉਸ ਵਿੱਚ ਇਹ ਬ੍ਰਹਮਾ ਵੀ ਆ ਗਿਆ। ਫਿਰ ਇਹ ਰਚਨਾ ਹੋ ਗਈ ਨਾ, ਤੁਸੀਂ ਦੇਵਤਾ ਬਣਨ ਵਾਲੇ ਹੋ, ਦੈਵੀ ਗੁਣ ਧਾਰਨ ਕਰ ਰਹੇ ਹੋ। ਕਿਤੇ ਕਿਤੇ ਦੋਵੇਂ ਪਹੀਏ ਚੱਲ ਨਹੀਂ ਸਕਦੇ, ਜਿਵੇਂ ਕਿ ਰੇਤ 'ਤੇ ਖੜ੍ਹੇ ਹੈ, ਬਾਬਾ ਨਾਮ ਨਹੀਂ ਲੈਂਦੇ ਹੈ, ਨਹੀਂ ਤਾਂ ਸਮਝਣਾ ਚਾਹੀਦਾ ਹੈ ਕਿ ਬਾਬਾ ਸੱਚ ਕਹਿੰਦੇ ਹੈ। ਬੱਚੇ ਵੀ ਇੱਕ ਦੋ 'ਤੇ ਸੁਭਾਅ ਨੂੰ ਜਾਣ ਸਕਦੇ ਹੈ, ਜਿਨ੍ਹਾਂ ਦਾ ਆਪਸ ਵਿੱਚ ਕੰਮ ਰਹਿੰਦਾ ਹੈ। ਬੱਚੇ ਸਮਝਦੇ ਹੈ ਅਸੀਂ ਹੀ ਸਰਤਾਜ ਸੀ, ਹੁਣ ਫਿਰ ਬਣਦੇ ਹਾਂ। ਪਹਿਲੇ ਤੁਸੀਂ ਕਿਸੇ ਨੂੰ ਸਮਝਾਉਂਦੇ ਹੋ ਤਾਂ ਮੰਨਣ ਲਈ ਤਿਆਰ ਨਹੀਂ ਹੁੰਦੇ ਹੈ, ਫਿਰ ਹੌਲੀ ਹੌਲੀ ਸਮਝਦੇ ਹੈ। ਇਸ ਵਿੱਚ ਬੁੱਧੀ ਬਹੁਤ ਚਾਹੀਦੀ ਹੈ, ਆਤਮਾ ਵਿੱਚ ਬੁੱਧੀ ਹੈ, ਆਤਮਾ ਸੱਤ ਚਿੱਤ ਆਨੰਦ ਸਵਰੂਪ ਹੈ। ਹੁਣ ਤੁਹਾਨੂੰ ਬੱਚਿਆਂ ਨੂੰ ਦੇਹੀ ਅਭਿਮਾਨੀ ਬਣਾਇਆ ਜਾਂਦਾ ਹੈ, ਜਦੋਂ ਤੱਕ ਬਾਪ ਨਾ ਆਵੇ ਉਦੋਂ ਤੱਕ ਕੋਈ ਵੀ ਦੇਹੀ ਅਭਿਮਾਨੀ ਬਣ ਨਹੀਂ ਸਕਦਾ। ਹੁਣ ਬਾਪ ਕਹਿੰਦੇ ਹੈ ਦੇਹੀ ਅਭਿਮਾਨੀ ਬਣੋ, ਮਵੇਂ ਕੰਮ ਯਾਦ ਕਰੋ ਤਾਂ ਮੇਰੇ ਤੋਂ ਸ਼ਕਤੀ ਮਿਲੇਗੀ। ਇਹ ਧਰਮ ਬੜਾ ਤਾਕਤ ਵਾਲਾ ਹੈ, ਸਾਰੇ ਵਿਸ਼ਵ 'ਤੇ ਰਾਜ ਕਰਦੇ ਹੈ, ਘੱਟ ਗੱਲ ਥੋੜ੍ਹੀ ਹੀ ਹੈ ਕਿ ਤੁਹਾਨੂੰ ਤਾਕਤ ਮਿਲਦੀ ਹੈ। ਬਾਪ ਨਾਲ ਯੋਗ ਲਗਾਉਣ ਦੇ ਨਾਲ ਇਹ ਹੈ ਨਵੀਂ ਗੱਲ ਜੋ ਚੰਗੀ ਤਰ੍ਹਾਂ ਸਮਝਾਉਣੀ ਪੈਂਦੀ ਹੈ। ਆਤਮਾਵਾਂ ਦਾ ਬੇਹਦ ਦਾ ਬਾਪ ਉਹੀ ਹੈ, ਉਹੀ ਨਵੀਂ ਦੁਨੀਆ ਦਾ ਰਚਯਿਤਾ ਹੈ, ਤਾਂ ਸ਼ਿਵ ਦਾ ਅਕੂਪੇਸ਼ਨ ਦੱਸੋ ਕਿ ਉਹ ਆ ਕੇ ਕੀ ਕਰਦੇ ਹੈ। ਸ਼੍ਰੀ ਕ੍ਰਿਸ਼ਨ ਜਯੰਤੀ ਅਤੇ ਸ਼ਿਵ ਜਯੰਤੀ ਦੋਵਾਂ ਦੀ ਮਨਾਉਂਦੇ ਹੈ, ਹੁਣ ਦੋਵਾਂ ਵਿੱਚ ਵੱਡਾ ਕੌਣ ਹੈ? ਉੱਚੇ ਅਤੇ ਉੱਚਾ ਨਿਰਾਕਾਰ ਉਸਨੇ ਕੀ ਕੀਤਾ ਜੋ ਸ਼ਿਵ ਜਯੰਤੀ ਮਨਾਈ ਜਾਂਦੀ ਹੈ? ਕ੍ਰਿਸ਼ਨ ਨੇ ਕੀ ਕੀਤਾ? ਲਿਖਿਆ ਹੋਇਆ ਹੈ ਕਿ ਪਰਮਾਤਮਾ ਸਧਾਰਨ ਬੁੱਢੇ ਤਨ ਵਿੱਚ ਆ ਕੇ ਸਥਾਪਨਾ ਕਰਦੇ ਹੈ। ਅਨੇਕ ਤਰ੍ਹਾਂ ਦੇ ਮਤਮਤੰਤਰ ਹੈ, ਸ਼੍ਰੀਮਤ 'ਤੇ ਇੱਕ ਵੀ ਵਾਰ ਸੰਗਮ 'ਤੇ ਮਿਲਦੀ ਹੈ, ਜਿਸ ਨਾਲ ਤੁਸੀਂ ਸ੍ਰੇਸ਼ਟ ਬਣਦੇ ਹੋ। ਮਨੁੱਖ ਮਤ ਨਾਲ ਸ੍ਰੇਸ਼ਟ ਕਿਵੇਂ ਬਣਾਂਗੇ? ਇਹ ਹੈ ਈਸ਼ਵਰੀ ਮਤ ਜੋ ਤੁਹਾਨੂੰ ਇੱਕ ਹੀ ਵਾਰ ਸੰਗਮ 'ਤੇ ਮਿਲਦੀ ਹੈ। ਦੇਵਤਾ ਤਾਂ ਮਤ ਦਿੰਦੇ ਨਹੀਂ ਹੈ, ਮਨੁੱਖ ਤੋਂ ਦੇਵਤਾ ਬਣ ਗਏ ਬਸ ਖਲਾਸ, ਉੱਥੇ ਗੁਰੂ ਆਦਿ ਵੀ ਨਹੀਂ ਕਰਦੇ। ਇੱਥੇ ਮਨੁੱਖ ਗੁਰੂ ਤੋਂ ਮਤ ਲੈਂਦੇ ਹੈ, ਤਾਂ ਯੁਕਤੀ ਨਾਲ ਸਮਝਾਉਣਾ ਹੈ ਕਿ ਅਸੀਂ ਰਾਜਯੋਗੀ ਹਾਂ, ਹਠ ਯੋਗੀ ਕਦੇ ਵੀ ਰਾਜਯੋਗ ਸਿਖਾ ਨਹੀਂ ਸਕਦੇ। ਉਹ ਹੈ ਘਰ ਬਾਰ ਛੁਡਾਉਣਾ, ਨਿਵ੍ਰਿਤੀ ਮਾਰਗ,
ਵਾਲੇ ਤੀਰਥਾਂ ਤੇ ਗ੍ਰਸਤ ਵਿੱਚ ਰਹਿਣ ਪ੍ਰਵਿਤੀ ਮਾਰਗ ਵਾਲਿਆਂ ਨੇ ਹੀ ਜਾਣਾ ਹੈ। ਤੁਸੀਂ ਬੱਚਿਆਂ ਨੇ ਕਿਸੇ ਵੀ ਗੱਲ ਵਿੱਚ ਮੂੰਝਣਾ ਨਹੀਂ ਹੈ, ਇਹ ਡਰਾਮਾ ਬਣਿਆ ਹੋਇਆ ਹੈ ਜੋ ਰਿਪੀਟ ਰਹਿੰਦਾ ਹੈ। ਤੁਹਾਡੀ ਸਰਵਿਸ ਵੀ ਕਲਪ ਪਹਿਲੇ ਦੀ ਤਰ੍ਹਾਂ ਹੁੰਦੀ ਹੈ, ਡਰਾਮਾ ਵੀ ਤੁਹਾਨੂੰ ਪੁਰਸ਼ਾਰਥ ਕਰਵਾਉਂਦਾ ਹੈ, ਉਹ ਵੀ ਤੁਸੀਂ ਕਰਦੇ ਹੋ ਕਲਪ ਪਹਿਲੇ ਤਰ੍ਹਾਂ। ਪੁਰਸ਼ਾਰਥ ਵਾਲਿਆਂ 'ਤੇ ਚੱਲਣ ਤੋਂ ਤੁਸੀਂ ਸਮਝ ਸਕਦੇ ਹੋ ਤਾਂ ਹੀ ਤਾਂ ਪ੍ਰਦਰਸ਼ਨੀ ਵਿੱਚ ਗਰੁੱਪ ਵੇਖ ਕੇ ਗਾਈਡ ਦਿੱਤਾ ਜਾਂਦਾ ਹੈ ਤਾਂ ਕਿ ਚੰਗੀ ਤਰ੍ਹਾਂ ਸਮਝ ਸਕਣ। ਪੜ੍ਹਾਉਣ ਵਾਲਾ ਬਾਪ ਤਾਂ ਚੰਗੀ ਤਰ੍ਹਾਂ ਜਾਣਦੇ ਹੈ ਕਿੰਨੀ ਵਿਸ਼ਾਲ ਬੇਹਦ ਦੀ ਬੁੱਧੀ ਬਣਾਉਂਦੇ ਹੈ। ਤੁਹਾਨੂੰ ਨਸ਼ਾ ਰਹਿਣਾ ਚਾਹੀਦਾ ਹੈ ਕਿ ਅਸੀਂ ਕਿਸ ਦੇ ਬੱਚੇ ਹਾਂ, ਭਗਵਾਨ ਸਾਨੂੰ ਪੜ੍ਹਾਉਂਦੇ ਹੈ। ਕੋਈ ਨਹੀਂ ਪੜ੍ਹ ਸਕਦੇ ਤਾਂ ਭੱਜ ਜਾਂਦੇ ਹੈ, ਭਗਵਾਨ ਵੀ ਸਮਝਦੇ ਹੈ ਇਹ ਸਾਡਾ ਬੱਚਾ ਨਹੀਂ ਹੈ। ਤੁਸੀਂ ਵੇਖਦੇ ਹੋ ਭਗਵਾਨ ਨੇ ਬੱਚੇ, ਭਗਵਾਨ ਦੇ ਬੱਚੇ ਪੜ੍ਹਦੇ ਸੀ ਫਿਰ ਭੱਜ ਗਏ, ਫਿਰ ਕੁਛ ਸਮਝ ਆ ਜਾਂਦਾ ਹੈ ਤਾਂ ਫਿਰ ਤੋਂ ਪੜ੍ਹਨ ਲੱਗ ਜਾਂਦੇ ਹੈ। ਫਿਰ ਯੋਗ ਵਿੱਚ ਚੰਗੇ ਤਰੀਕੇ ਨਾਲ ਰਹਿਣ ਤਾਂ ਊਂਚ ਪਦ ਪਾ ਸਕਦੇ ਹੈ। ਸਮਝਣਗੇ ਬਰੋਬਰ ਅਸੀਂ ਸਮਾਂ ਬਹੁਤ ਖਰਾਬ ਕਰ ਦਿੱਤਾ ਜੋ ਇਸ ਤਰ੍ਹਾਂ ਦਾ ਸਕੂਲ ਛੱਡ ਦਿੱਤਾ। ਹੁਣ ਤਾਂ ਜ਼ਰੂਰ ਬਾਪ ਤੋਂ ਵਿਰਸਾ ਲਵੋਗੇ, ਬਾਪ ਨੂੰ ਯਾਦ ਕਰਦੇ ਕਰਦੇ ਅਤੇ ਬਾਬਾ ਬਾਬਾ ਕਹਿ ਰੌਂਗਟੇ ਖੜ੍ਹੇ ਹੋ ਜਾਣੇ ਚਾਹੀਦੇ ਹੈ। ਬਾਬਾ ਸਾਨੂੰ ਉੱਚੀ ਪਦਵੀ ਦਿੰਦੇ ਹੈ, ਅਸੀਂ ਕਿੰਨੇ ਭਾਗਯਵਾਨ ਹਾਂ। ਵਾਰ ਵਾਰ ਬਾਬਾ ਦੀ ਯਾਦ ਰਹੇ, ਡਾਇਰੈਕਸ਼ਨ 'ਤੇ ਚੱਲਦੇ ਰਹੇ ਤਾਂ ਬੜੀ ਉੱਨਤੀ ਹੋ ਸਕਦੀ ਹੈ। ਫਿਰ ਉਹਨਾਂ ਨੂੰ ਸਾਰੇ ਰਿਗਾਰਡ ਦੇਣਗੇ। ਬਾਬਾ ਕਹਿੰਦੇ ਪੜ੍ਹੇ ਅਤੇ ਅੱਗੇ ਅਨਪੜ੍ਹ ਭਾਰ ਢੋਣਗੇ। ਦੇ ਅਭਿਮਾਨ ਵਾਲਿਆਂ ਨੂੰ ਦੈਵੀ ਗੁਣਾਂ ਦੀ ਧਾਰਨਾ ਹੋ ਨਹੀਂ ਸਕਦੀ। ਤੁਹਾਡਾ ਚਿਹਰਾ ਫਸਟ ਕਲਾਸ ਹੋਣਾ ਚਾਹੀਦਾ ਹੈ। ਕਹਿੰਦੇ ਹੈ ਅਤੀਂਦਰੀਆ ਸੁੱਖ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਭਗਵਾਨ ਪੜ੍ਹਾਉਂਦੇ ਹੈ। ਕਿੰਨਾ ਪੜ੍ਹਾਈ 'ਤੇ ਅਟੈਂਸ਼ਨ ਦੇਣਾ ਚਾਹੀਦਾ ਹੈ ਅਤੇ ਸ਼੍ਰੀਮਤ 'ਤੇ ਚੱਲਣਾ ਚਾਹੀਦਾ ਹੈ। ਤੁਹਾਡੇ ਯੋਗ ਦੀ ਤਾਕਤ ਨਾਲ ਸੰਸਾਰ ਵੀ ਪਵਿੱਤਰ ਬਣ ਜਾਂਦਾ ਹੈ। ਤੁਸੀਂ ਯੋਗ ਨਾਲ ਦੁਨੀਆ ਨੂੰ ਪਵਿੱਤਰ ਬਣਾਉਂਦੇ ਹੋ, ਕਮਾਲ ਹੈ। ਗੋਵਰਧਨ ਪਰਬਤ ਨੂੰ ਉਂਗਲੀ 'ਤੇ ਚੁੱਕਣਾ ਹੈ। ਇਸ ਛੀ ਛੀ ਦੁਨੀਆ ਨੂੰ ਜਿਨ੍ਹਾਂ ਨੇ ਪਵਿੱਤਰ ਬਣਾਇਆ ਹੈ ਇਹ ਉਹਨਾਂ ਦੀ ਨਿਸ਼ਾਨੀ ਹੈ। ਅੱਛਾ, ਮਿੱਠੇ ਮਿੱਠੇ ਸਿੱਕੇ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁਖਿਆ ਸਾਰ ਨੰਬਰ 1 ਪਰ ਸੱਚੇ ਗਿਆਨ ਨੂੰ ਬੁੱਧੀ ਵਿੱਚ ਧਾਰਨ ਕਰਨ ਦੇ ਲਈ ਬੁੱਧੀ ਰੂਪੀ ਬਰਤਨ ਨੂੰ ਸਾਫ਼ ਸਵੱਛ ਬਣਾਉਣਾ ਹੈ, ਬੇਕਾਰ ਗੱਲਾਂ ਨੂੰ ਬੁੱਧੀ ਵਿੱਚ ਕੱਢ ਦੇਣਾ ਹੈ। ਨੰਬਰ 2 ਦੈਵੀ ਗੁਣਾਂ ਦੀ ਧਾਰਨਾ ਅਤੇ ਪੜ੍ਹਾਈ 'ਤੇ ਪੂਰਾ ਧਿਆਨ ਦੇ ਕੇ ਅਤੀ ਇੰਦਰੀ ਸੁੱਖ ਅਨੁਭਵ ਕਰਨਾ ਹੈ। ਸਦਾ ਇਸੇ ਨਸ਼ੇ ਵਿੱਚ ਰਹਿਣਾ ਹੈ ਕਿ ਅਸੀਂ ਭਗਵਾਨ ਦੇ ਬੱਚੇ ਹਾਂ, ਉਹੀ ਸਾਨੂੰ ਪੜ੍ਹਾਉਂਦੇ ਹੈ। ਵਰਦਾਨ ਅੱਜ ਦਾ ਨਿਸ਼ਚੈ ਤੋਂ ਫਾਊਂਡੇਸ਼ਨ ਦੁਆਰਾ ਸੰਪੂਰਨਤਾ ਤੱਕ ਪਹੁੰਚਣ ਵਾਲੇ ਨਿਸ਼ਚੈ ਬੁੱਧੀ ਨਿਸ਼ਚਿੰਤ ਭਵ। ਨਿਸ਼ਚੈ ਤੋਂ ਫਾਊਂਡੇਸ਼ਨ ਦੁਆਰਾ ਸੰਪੂਰਨਤਾ ਤੱਕ ਪਹੁੰਚਣ ਵਾਲੇ ਨਿਸ਼ਚੈ ਬੁੱਧੀ ਨਿਸ਼ਚਿੰਤ ਭਵ। ਆਜ ਬਾਬਾ ਆਖਦੇ ਨੇ ਨਿਸ਼ਚੈ ਇਸ ਬ੍ਰਾਹਮਣ ਜੀਵਨ ਦੀ ਸੰਪੰਨਤਾ ਦਾ ਫਾਊਂਡੇਸ਼ਨ ਹੈ ਅਤੇ ਇਹ ਫਾਊਂਡੇਸ਼ਨ ਮਜ਼ਬੂਤ ਹੈ ਤਾਂ ਸਹਿਜ ਅਤੇ ਤੀਵਰ ਗਤੀ ਨਾਲ ਸੰਪੂਰਨਤਾ ਤੱਕ ਪਹੁੰਚਣਾ ਨਿਸ਼ਚਿਤ ਹੈ। ਜੋ ਅਸਲ ਨਿਸ਼ਚੈ ਬੁੱਧੀ ਹੈ ਉਹ ਸਦਾ ਨਿਸ਼ਚਿੰਤ ਰਹਿੰਦੇ ਹੈ। ਅਸਲ ਨਿਸ਼ਚੈ ਹੈ ਆਪਣੇ ਆਤਮ ਸਵਰੂਪ ਨੂੰ ਜਾਣਨਾ, ਮਾਣਨਾ ਅਤੇ ਉਸ ਪ੍ਰਮਾਣ ਚੱਲਣਾ ਅਤੇ ਬਾਪ ਜੋ ਹੈ ਜਿਵੇਂ ਦਾ ਹੈ
ਜਿਸ ਰੂਪ ਵਿੱਚ ਪਾਠ ਵਜਾ ਰਹੇ ਹੈ ਉਸ ਨੂੰ ਪੂਰੀ ਤਰ੍ਹਾਂ ਜਾਣਨਾ ਅਜਿਹੇ ਨਿਸ਼ਚੈ ਬੁੱਧੀ ਵਿਜੇਈ ਹੁੰਦੇ ਹੈ। ਸਲੋਗਨ ਅੱਜ ਦਾ, ਆਪਣੇ ਸਮੇਂ ਨੂੰ, ਸੁੱਖਾਂ ਨੂੰ, ਪ੍ਰਾਪਤੀ ਦੀ ਇੱਛਾ ਨੂੰ ਸਰਬ ਦੇ ਪ੍ਰਤੀ ਦਾਨ ਕਰਨ ਵਾਲੇ ਹੀ ਮਹਾਂਦਾਨੀ ਹੈ। ਆਪਣੇ ਸਮੇਂ ਨੂੰ, ਸੁੱਖਾਂ ਨੂੰ, ਪ੍ਰਾਪਤੀ ਦੀ ਇੱਛਾ ਨੂੰ ਸਰਬ ਦੇ ਪ੍ਰਤੀ ਦਾਨ ਕਰਨੇ ਵਾਲੇ ਹੀ ਮਹਾਂਦਾਨੀ ਹੈ। ਅੱਛਾ, ਓਮ ਸ਼ਾਂਤੀ।